ਸਬਸਕ੍ਰਾਈਬਰ ਉਸ ਹਿਸਾਬ ਨਾਲ ਵਧੇ ਨਹੀਂ ਹੈਗੇ ਜਿਸ ਹਿਸਾਬ ਨਾਲ ਮੈਂ ਉਮੀਦ ਕਰ ਰਿਹਾ ਸੀ। ਸਬਸਕ੍ਰਾਈਬ ਨਹੀਂ ਕਰਦੇ ਮੇਰੇ ਵੀਰ, ਤੇ ਪਲੀਜ਼ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਚੈਨਲ। ਤੂੰ ਐਵੇਂ ਕਰਦਾ ਮਾਣ ਯਾਰਾ ਕਿ ਨਾਲ ਮੇਰੇ ਕਈ ਯਾਰ ਜੁੜੇ, ਕਦੇ ਲੋੜ ਪੈਣ 'ਤੇ ਫੋਨ ਕਰੀ ਫਿਰ ਦੇਖੀ ਕਿੰਨੇ ਨਾਲ ਖੜੇ। ਇਹ ਦੋ ਚਾਰ ਹੀ ਹੁੰਦੇ ਜਿਹੜੇ ਦਿਲ ਤੋਂ ਯਾਰੋ ਕਰਦੇ ਆ, ਬਾਕੀ ਤਾਸ ਵਾਲੇ ਐਂ ਦੇਖ ਚੜ੍ਹਾਈ ਲੰਬੇ ਹੌਂਕੇ ਭਰਦੇ ਆ, ਬਾਕੀ ਤਾਸ ਵਾਲੇ ਦੇਖ ਚੜ੍ਹਾਈ ਲੰਬੇ ਹੌਂਕੇ ਭਰਦੇ ਆ। ਅਤੇ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਜੀ। ਅਤੇ ਅੱਜ ਫਿਰ ਉਹੀ ਲੁੱਟ, ਹੁਣ ਤਾਂ ਲਗਾਤਾਰ ਦੋ ਤਿੰਨ ਮਹੀਨਾ ਜਿਹੜੇ ਪਹਿਲਾਂ ਬਲੌਗ ਆਏ ਨੇ ਉਹ ਵੀ ਤਾਂ ਇਹ ਡੇਲੀ ਬਲੌਗ ਆ ਜੀ ਆਪਣੇ, ਕਿ ਜਿਵੇਂ ਆਪਣੀ ਖੇਤੀ ਦਾ ਰੂਟੀਨ ਕਿਵੇਂ ਹੁੰਦੇ ਨੇਗੇ, ਅਤੇ ਉਹਦੇ ਪ੍ਰਤੀ ਬਲੌਗ ਨੇ ਜੀ ਇਹ। ਅਤੇ ਅੱਜ ਫਿਰ ਖੇਤ ਆਂਗੇ ਅਤੇ ਉਹ ਪਿੱਛੇ ਚੱਲਦੀ ਆ ਤੂੜੀ ਵਾਲੀ ਮਸ਼ੀਨ, ਅਤੇ ਤੁਹਾਨੂੰ ਹੋਰ ਗੱਲ ਦਿਖਾਉਣਾ ਗਾ ਜੀ। ਅਤੇ ਊਂ ਤਾਂ ਸਰਕਾਰ ਦੇਖਦੀ ਨਹੀਂ ਹੈਗੀ, ਹੁਣ ਇੱਥੇ ਪਿੱਛੇ ਉਹ ਆਏ ਹੋਏ ਨੇਗੇ, ਇੱਧਰ ਤੁਹਾਨੂੰ ਦਿਖਾਉਣਾ ਜੀ ਮੈਂ, ਜਿਹੜੇ ਆਪਣੇ ਸੜਕ ਨਹੀਂ ਬਣਾਉਂਦੇ ਹੁੰਦੇ ਹੈਗੇ ਬਈਏ, ਕਿ ਸੜਕ ਬਣਾਉਣ ਵਾਲੇ ਆਏ ਹੋਏ ਨੇਗੇ। ਅਤੇ ਊਂ ਤਾਂ ਸਰਕਾਰ ਨੂੰ ਟਾਈਮ ਕਦੇ ਮਿਲਿਆ ਨਹੀਂ ਹੈਗਾ ਕਿ ਸੜਕ ਬਣਾਉਣੀ ਹੈ, ਕਿ ਹੁਣ ਆਪਾਂ ਨੇ ਹੁਣ ਕਿ ਇਹ ਪੱਕ ਰਹੀ ਹੈਗੀ, ਕਣਕ ਪੱਕੀ ਪਈ ਹੈ, ਤੁਸੀਂ ਦੇਖ ਸਕਦੇ ਇੱਧਰ ਕਣਕ ਪੱਕੀ ਹੋਈ ਹੈਗੀ, ਅਤੇ ਪਿੱਛੇ ਮਸ਼ੀਨ ਚੱਲ ਰਹੀ ਹੈਗੀ। ਮਸ਼ੀਨ ਕਾਹਦੀ ਚੱਲ ਰਹੀ ਹੈ? ਜਿਹੜੀ ਲੁੱਕ ਗਰਮ ਕਰਦੇ ਹੁੰਦੇ ਹੈਗੇ, ਅਤੇ ਲਵੇ ਪੱਕੀ ਕਣਕ ਹੈਗੀ, ਅਤੇ ਜੇ ਕੋਈ ਵੀ ਮਾੜੀ ਜਿਹੀ ਵੀ 19-21 ਹੋ ਗਈ, ਉਹ ਸਾਰੀ ਕਣਕ ਨੂੰ ਅੱਗ ਲੱਗ ਜੂਗੀ, ਅਤੇ ਉਹ ਦੂਰ ਦੂਰ ਤੱਕ ਦੇਖ ਲਓ ਸਾਰੀਆਂ ਫਸਲਾਂ ਹਜੇ ਹੀ ਖੜੀਆਂ ਨੇਗੀਆਂ। ਅਤੇ ਸਰਕਾਰ ਨੂੰ ਜਾਂ ਇੱਥੇ ਦੀ ਕਮੇਟੀ ਨੂੰ ਜਾਂ ਕੋਈ ਵੀ ਜਿਹੜੇ ਮੂਹਰੇ ਆਗੂ ਨੇਗੇ, ਉਹਨਾਂ ਨੂੰ ਪਹਿਲਾਂ ਕਦੇ ਮੌਕਾ ਨਹੀਂ ਮਿਲਿਆ ਹੈਗਾ ਜਾਂ ਟਾਈਮ ਨਹੀਂ ਮਿਲਿਆ ਹੈਗਾ ਕਿ ਆਪਾਂ ਹੁਣ ਆਪਣੀ ਕੀ ਸੜਕ ਬਣਾਉਣੀ ਹੈ ਜਾਂ ਕੁਛ ਵੀ। ਪਰ ਜਦ ਹੁਣ ਇਹ ਕਣਕਾਂ ਦਾ ਸੀਜ਼ਨ ਦਾ ਟਾਈਮ ਹੈਗਾ, ਹੁਣ ਇਹ ਭੇਜਦੇ ਇੱਥੇ ਬਣਾਉਣ ਵਾਸਤੇ ਬੰਦੇ ਇਹਨਾਂ ਨੇ, ਅਤੇ ਹੀ ਪਤਾ ਨਹੀਂ ਕੀ ਕਰ ਰਹੀਆਂ ਨੇ ਸਰਕਾਰਾਂ, ਆਪਣੇ ਦੇਸ਼ ਦੀਆਂ ਸਰਕਾਰਾਂ ਸਾਰੀਆਂ ਹੈ ਹੀ ਨਿਕੰਮੀਆਂ ਨਹੀਂ ਆ। ਅਤੇ ਬਾਕੀ ਆਪਣੇ ਧਰਨੇ 'ਤੇ ਬੈਠੇ ਨੇ ਕਿਸਾਨ, ਉਹਨਾਂ ਬਾਰੇ ਵੀ ਮੈਂ ਦੱਸਦਾਂਗਾ, ਉਹਨਾਂ ਦੀ ਵੀ ਨਹੀਂ ਕੋਈ ਸਾਥ ਸੁਣ ਰਿਹਾ ਹੈਗਾ। ਆਪਣੇ ਮੋਦੀ ਜੀ ਭਗਤ ਅੰਨੇ ਭਗਤ ਉਹਦੇ ਹੀ ਲੱਗੇ ਹੋਏ ਨੇ, ਅਤੇ ਅੱਜ ਮੇਰੇ ਨਾਲ ਪਹਿਲਾਂ ਹੀ ਇੱਕ ਬੰਦਾ ਇਹ ਗੱਲ ਪਿੱਛੇ ਅੜ ਕੇ ਹਟਿਆ ਗਾ, ਇਹ ਬਈਆਂ ਚੋਤੀ ਗਿਆ ਇੱਕ ਬੰਦਾ, ਅਤੇ ਉਹ ਮੇਰੇ ਨਾਲ ਐਂ ਅੜ ਰਿਹਾ ਸੀਗਾ ਕਿ ਨਹੀਂ ਕਿ ਮੋਦੀ ਨੇ ਠੀਕ ਬਣਾਏ ਨੇ ਠੀਕ ਬਣਾਏ ਨੇ। ਪਰ ਕਿ ਉਹ ਅੰਨੇ ਭਗਤ ਨੇ, ਉਹ ਵੀ ਕੀ ਕਰ ਸਕਦੇ ਨੇ, ਕਿ ਜਿਵੇਂ ਆਪਾਂ ਗੁਰੂਆਂ ਦੇ ਅੰਨੇ ਭਗਤ, ਉਹ ਵੀ ਉਹਨਾਂ ਦੇ ਅੰਨੇ ਭਗਤ ਨੇ ਗੇ, ਕੁਛ ਨਹੀਂ ਸੁਣ ਸਕਦੇ ਉਹਦੇ ਬਾਰੇ। ਅਤੇ ਮੈਂ ਤਾਂ ਇਹੀ ਕਹਿਣਾ ਹੈਗਾ ਜੀ ਸਾਰਿਆਂ ਨੂੰ, ਵੱਧ ਤੋਂ ਵੱਧ ਤੁਹਾਡੇ ਨੇੜੇ ਤੇਰੇ ਜਿੱਥੇ ਵੀ ਧਰਨੇ ਲੱਗਦੇ ਨੇਗੇ, ਧਰਨੇ 'ਤੇ ਜ਼ਰੂਰ ਜਾਇਆ ਕਰੋ, ਅਤੇ ਆਪਦਾ ਧਰਨੇ 'ਤੇ ਯੋਗਦਾਨ ਦਿਆ ਕਰੋ, ਕਿਉਂਕਿ ਇਹ ਆਪਣੇ ਇਕੱਲਿਆਂ ਦਾ ਕੰਮ ਨਹੀਂ ਜਾਂ ਇਕੱਲੇ ਕਿਸਾਨਾਂ ਦਾ ਕੰਮ ਨਹੀਂ ਹੈਗਾ, ਇਹ ਸਾਰਿਆਂ ਦਾ ਫਰਜ਼ ਹੈਗਾ। ਅਤੇ ਇਹਦੇ ਨਾਲ ਇਕੱਲੇ ਕਿਸਾਨ ਨਹੀਂ ਡੁੱਬਦੇ ਹੈਗੇ, ਸਾਰੇ ਡੁੱਬਣਗੇ, ਕਿਉਂਕਿ ਆਪਣੇ ਦੇਸ਼ ਦੀ ਅਰਥ ਵਿਵਸਥਾ ਜਿਹੜੀ ਸਾਰੀ ਆ ਉਹ ਕਿਸਾਨੀ 'ਤੇ ਖੜੀ ਹੈਗੀ। ਅੱਜ ਫੇਰ ਤੁਹਾਨੂੰ ਦਿਖਾਉਣੇ ਆ, ਹੁਣ ਚੱਲ ਰਹੀ ਹੈ ਤੂੜੀ, ਅਤੇ ਆਪਣੇ ਕਈ ਇੱਥੋਂ ਆਹ ਸਾਰੇ ਜਿਹੜੇ ਸਾਰੇ ਤਰਕੀਲੇ ਸੀਗੇ, 5-6 ਕਿੱਲੇ ਤਾਂ ਕਰਤੇ ਤੂੜੀ ਦੇ, ਅਤੇ ਕਾਫੀ ਟਰਾਲੀਆਂ ਵਾਗੀਆਂ, ਉਹ ਮੈਂ ਗਿਣੀਆਂ ਤਾਂ ਹੈਗੀਆਂ ਨਹੀਂ, ਉਹ ਮੇਰੇ ਮਾਮੇ ਦੇ ਮੁੰਡੇ ਨੂੰ ਜਾਣ ਨੇ, ਅਤੇ ਹੁਣ ਇਹ ਲੱਗ ਰਹੇ ਨੇ ਇੱਥੇ 2 ਕਿੱਲੇ ਰਹਿ ਗਏ, ਫਿਰ ਉਹ ਪਰਾਂ ਚੱਲਾਂਗੇ ਆਪਾਂ ਤੂੜੀ ਕਰਨ। ਅਤੇ ਮੇਰੇ ਮਾਮੇ ਹੋਰ ਅੰਮ੍ਰਿਤਸਰ ਵੀ ਆਉਂਦੇ ਹੁੰਦੇ ਨੇਗੇ, ਅਤੇ ਉੱਥੇ ਵੀ ਸ਼ਾਇਦ ਜੇ ਮੈਥੋਂ ਜਾਇਆ ਗਿਆ ਜਾਂ ਕੋਈ ਸਬੱਬ ਬਣਿਆ ਤਾਂ ਮੈਂ ਜ਼ਰੂਰ ਜਾਊਂਗਾ, ਨਹੀਂ ਬਾਕੀ ਫਿਰ ਦੇਖ ਦਿਆਂਗੇ। ਅਤੇ ਮੈਂ ਤਾਂ ਇਹਨਾਂ ਦੇ ਹੈਰਾਨ ਆ, ਦੇਖੋ ਹੀ ਪਿੱਛੇ ਲੱਗ ਰਹੇ ਨੇਗੇ, ਉਹ 'ਚ ਅੱਗ ਮੱਚਣ ਲੱਗ ਰਹੀ ਹੈਗੀ, ਉਹ ਕੁਛ ਵੀ ਹੋ ਸਕਦਾ। ਲਵੀ ਕਣਕ ਆ ਦੇਖੋ, ਆਹ ਪੱਕੀ ਪਈ ਆ ਜਮੀ ਕਣਕ, ਕਿ ਹੁਣ ਜੇ ਮਾੜੀ ਜੀ ਵੀ 19-21 ਹੋ ਗਈ ਗੱਲ, ਉਹ ਕਿੰਨਾ ਵਿਚਾਰੇ ਦੀ ਕਿ ਹੈ ਨਾ, 6 ਮਹੀਨੇ ਪਾਲੀ ਹੋਈ ਚੀਜ਼ ਜਾਂ 6 ਮਹੀਨੇ ਉਹਦੇ ਉੱਤੇ ਇੰਨਾ ਖੱਪਿਆ ਬੰਦਾ, ਉਹ ਮਿੰਟਾਂ 'ਚ ਸਵਾਹ ਹੋ ਜੂਗੀ। ਅਤੇ ਸਰਕਾਰ ਨੂੰ ਇਹੋ ਜਿਹੀਆਂ ਗੱਲਾਂ 'ਤੇ ਕਿਹੜੀ ਮਾੜਾ ਗੌਰ ਕਰਨਾ ਚਾਹੀਦਾ ਹੈਗਾ, ਅਤੇ ਹੁਣ ਦੇ ਟਾਈਮ ਤਾਂ ਇਹੋ ਜਿਹੇ ਆਪਦੇ ਕੁਛ ਕੰਮ ਕਰਨ, ਥੋੜ੍ਹਾ ਜਿਹਾ 10-20 ਦਿਨ ਠਹਿਰ ਕੇ ਫਿਰ ਵੀ ਕਰ ਸਕਦੇ ਨੇ ਉਹ ਇਹ। ਅਤੇ ਅੱਜ ਆ ਰਹੇ ਨੇ ਸੜਕ ਬਣਾਉਣ ਲੈ ਕੇ, ਕਿੱਧਰੋਂ ਪਤਾ ਨਹੀਂ ਆਏ ਨੇ ਅੱਜ, ਇਹਨਾਂ ਨੂੰ ਕੀ ਅੱਜ ਹੀ ਟਾਈਮ ਮਿਲਿਆ ਹੈਗਾ।
ਆਹੀ ਤੁਸੀਂ ਦੇਖ ਸਕਦੇ ਹੋ, ਚੋ ਦੇਖੋ ਕਿੰਨਾ ਧੂੰਆਂ ਨਿਕਲ ਰਿਹਾ ਹੈਗਾ, ਕਿੰਨੀ ਅੱਗ ਚੱਲ ਰਹੀ ਹੈਗੀ, ਆਹ ਦੇਖੋ ਜੀ। ਤੇ ਇੱਧਰ ਟਰੈਕਟਰ ਖੜਿਆ ਗਿਆ, ਇਹ ਕਿੰਨੀ ਅੱਗ ਚੱਲ ਰਹੀ ਹੈ ਜੀ, ਤੁਸੀਂ ਆਪ ਦੇਖ ਸਕਦੇ ਹੋ। ਤੇ ਇੱਧਰ ਹੀ ਫਸਲ ਖੜੀ ਹੈਗੀ, ਇੱਧਰ ਹੀ ਫਸਲ ਖੜੀ ਹੈ ਤੁਸੀਂ। ਕੀ ਕਿੱਡਾ ਵੱਡਾ ਰਿਸਕ ਲਿੱਤਾ ਜਾ ਰਿਹਾ ਹੈਗਾ ਇਸ ਚੀਜ਼ ਦਾ, ਕਿ ਹਵਾ ਵੀ ਦੇਖੋ ਕਿੰਨੀ ਤੇਜ਼ ਚੱਲ ਰਹੀ ਹੈ, ਕਿ ਕੋਈ ਵੀ ਚਿੰਗਾਰੀ ਇੱਧਰ ਉੱਡ ਕੇ ਜਾ ਸਕਦੀ ਹੈਗੀ। ਹਵਾ ਦਾ ਰੁੱਖ ਵੀ ਇੱਧਰ ਹੀ ਹੈਗਾ, ਕਿ ਏਡੀ ਕਿ ਕੁਛ ਵੀ ਹੋ ਸਕਦਾ, ਤੁਸੀਂ ਆਪ ਹੀ ਸਮਝਦਾਰ ਹੋਵੋਗੇ। ਤੇ ਮੈਂ ਲਾਉਣ ਲੱਗ ਰਿਹਾ ਗੇੜੇ ਜੀ, ਆਪਾਂ ਰੋਟੀ ਵਾਲੀ ਮਸ਼ੀਨ ਜਿਹੜੇ ਦਾਣੇ ਕੱਟੇ ਕੱਢਦੇ ਸੀਗੇ, ਦਾਣੇ ਉਹਨੇ ਕੱਢ ਕੇ ਕੱਢ ਲਏ, ਫਿਰ ਆਪਾਂ ਲੈ ਕੇ ਚੱਲਦਾ ਫਿਰ ਪਿੰਡ। ਹੁਣ ਗੇੜੇ ਲਾਉਣ ਲੱਗ ਰਹੇ, ਤਾਂ ਅਸੀਂ ਬਲੋਕ ਬਣਾਉਣ ਦਾ ਇੰਨਾ ਟਾਈਮ ਹੈ ਨਹੀਂ ਲੱਗ ਰਿਹਾ ਹੈਗਾ। ਅਤੇ ਹੁਣ ਤੁਹਾਨੂੰ ਫਿਰ ਲੈ ਕੇ ਚੱਲਦਾ ਪਿੰਡ, ਫਿਰ ਆਵਾਂਗੇ, ਕਿ ਗੇੜੇ ਵਾਰ ਵਾਰ ਦੁਨੀਆ ਦੇ ਲਾਈ ਜਾਂਦੇ ਹੈਗੇ। ਜੇ ਚਲੋ ਜੀ, ਹੁਣ ਆਪਾਂ ਚੱਲਦੇ ਹਾਂ ਪਿੰਡ, ਬਿਜਲੀ ਵਿੱਚ ਮਾਈ ਟਰਾਲੀ ਹੈ, ਅਤੇ ਚੱਲਦੇ ਹਾਂ ਪਿੰਡ। ਚੱਲਦੇ ਹਾਂਗੇ ਤੂੜੀ ਵਾਲੀ ਟਰੈਡ 'ਤੇ, ਉਸ 'ਚ ਮਸ਼ੀਨ ਤੂੜੀ ਕਰ ਰਹੀ ਹੈਗੀ, ਆਪਾਂ ਉਹ 'ਚ ਲਾਉਂਦੇ ਹਾਂਗੇ। ਆ ਜਾਓ, ਅਤੇ ਤੁਹਾਨੂੰ ਮੈਂ ਲੈ ਕੇ ਚੱਲਦਾ, ਗਰਦਾ ਵਾਲਾ ਪੈਂਦਾ ਉੱਥੇ, ਅਤੇ ਆ ਨਾਲ ਤੁਹਾਨੂੰ ਡਰਾਈਵਰ ਦਿਖਾਉਂਦੇ ਹਾਂਗੇ। ਉਹ ਨਾਲ ਵਾਲੇ ਪਿੰਡ ਤੋਂ ਹੀ ਆਉਂਦਾ ਹੈਗਾ ਜਿਹੜਾ ਡਰਾਈਵਰ ਹੈਗਾ, ਅਤੇ ਤੁਹਾਨੂੰ ਲੈ ਕੇ ਚੱਲਦੇ ਤੂੜੀ ਵਾਲੀ ਮਸ਼ੀਨ 'ਤੇ। ਅਤੇ ਫਿਰ ਤੁਸੀਂ ਦੇਖਿਓ, ਆਪਾਂ ਚਲਾਵਾਂਗੇ ਹੁਣ ਤੂੜੀ ਵਾਲੀ ਮਸ਼ੀਨ, ਉਹਨੂੰ ਦੇਖਿਓ ਕਿਵੇਂ ਚਲਾਈ ਹੈਗੀ। ਪਹਿਲਾਂ ਮੈਂ 2-3 ਕਿੱਲਾ ਚਲਾਈ ਹੈ, ਮੈਂ ਜ਼ਿਆਦਾ ਚਲਾਉਂਦਾ ਨਹੀਂ ਹੈਗਾ ਇਹ ਮਸ਼ੀਨ, ਮੈਂ ਹੁਣ ਸਿੰਪਲ ਟਰੈਕਟਰ ਵੱਧ ਚਲਾਇਆ, ਕਿਉਂਕਿ ਇਹ 'ਚ ਗਰਦਾ ਵਾਲਾ ਆਉਂਦਾ, ਕੋਈ ਫਾਇਦਾ ਨਹੀਂ ਹੈਗਾ। ਅਤੇ ਤੁਹਾਨੂੰ ਲੈ ਕੇ ਚੱਲਦੇ, ਅਤੇ ਰੌਲਾ ਵਾਲਾ ਪੈਂਦਾ ਹੈਗਾ ਜੀ ਮਸ਼ੀਨ 'ਤੇ, ਅਤੇ ਸੜਕਾਂ ਕਰੀ ਜਾਂਦਾ ਟਰੈਕਟਰ, ਹੁਣ ਗਰਮ ਹੋ ਰਿਹਾ ਹੁੰਦਾ, ਉੱਧਰੋਂ ਗਰਮੀ ਪੈ ਰਹੀ ਹੁੰਦੀ ਹੈ। ਸਾਡੇ ਸਿਰੋਂ ਇੱਥੇ ਲੈ ਕੇ ਕਈ ਲਾਭ, ਪਰ ਦਿਲ ਵਿੱਚ ਵੱਸਦਾ ਪੰਜਾਬ, ਪੰਜਾਬ ਦਿਲ ਵਿੱਚ ਵੱਸਦਾ ਅਤੇ ਵੱਸਦਾ ਰਹੂਗਾ ਜੀ। ਅਤੇ ਹੁਣ ਆਪਾਂ ਉੱਧਰਲੇ ਖੇਤ ਕੀ ਜਿਹੜਾ ਉਹ ਪਰਾਂ ਸੀਗਾ, ਉੱਧਰੋਂ ਵਾਹਣ, ਅਤੇ ਉਹ ਸਾਰੀ ਤੂੜੀ ਕਰ ਲਿਆ ਜੀ ਉੱਧਰੋਂ, ਕਿ ਉੱਧਰੋਂ ਹੁਣ ਕੰਪਲੀਟ ਕਰਤਾ ਸਾਰਾ। ਹੁਣ ਇਹ ਆ ਗਏ ਦੂਜੇ ਪਾਸੇ, ਕਿ ਹੁਣ ਇੱਧਰ ਸਟਾਰਟ ਕੀਤੀ ਹੋਈ ਤੂੜੀ ਕਰਨ, ਅਤੇ ਅੱਜ 20 ਟਰਾਲੀਆਂ ਕਰ ਦੇਣੀਆਂ ਨੇ ਜੀ, ਅਤੇ ਥੋੜ੍ਹੀਆਂ ਹੀ ਰਹੀ ਆ ਹੁਣ। ਅਤੇ ਸੂਰਜ ਵੀ ਹੁਣ ਅੱਥਣ ਜਿਹੜਾ ਹੋ ਗਿਆ, ਆਪਾਂ ਅੱਥ ਨਹੀਂ ਕਹਿੰਦੇ ਕਿ ਸ਼ਾਮ ਹੋ ਗਈ, ਸੂਰਜ ਢਲਣ ਵਾਲਾ ਜਮੀ ਬਸ। ਆਹ ਦੇਖੋ, ਆਹ ਸੀ ਇੱਥੇ ਸੂਰਜ ਜਮੀ ਬਸ ਕੀ ਛਿਪਣ ਵਾਲਾ ਹੈਗਾ, ਪਰ ਆਪਾਂ ਲੱਗੇ ਹੋਏ ਹੈਗੇ। ਅਤੇ ਆਪਾਂ ਆ ਗਏ ਇੱਧਰਲੇ ਖੇਤ 'ਤੇ, ਤੁਹਾਨੂੰ ਬਸ ਇਹੀ ਦਿਖਾਉਣਾ ਸੀਗਾ। ਅਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ, ਕਿ ਹਜੇ ਸਬਸਕ੍ਰਾਈਬਰ ਉਸ ਹਿਸਾਬ ਨਾਲ ਵਧੇ ਨਹੀਂ ਹੈਗੇ ਜਿਸ ਹਿਸਾਬ ਨਾਲ ਮੈਂ ਉਮੀਦ ਕਰ ਰਿਹਾ ਸੀਗਾ। ਅਤੇ ਪਲੀਜ਼ ਕਿ ਜਿਨ੍ਹਾਂ ਨੇ ਦੇਖੀ ਹੈ ਵੀਡੀਓ, ਸਬਸਕ੍ਰਾਈਬ ਤਾਂ ਕਰੋ ਘੱਟੋ ਘੱਟ, ਜਿਵੇਂ ਵਿਊ ਤਾਂ ਜਿਵੇਂ ਜਿਸ ਤਰ੍ਹਾਂ ਨਾਲ ਵਿਊ ਆਉਂਦੇ ਹੁੰਦੇ ਨੇ, ਸਬਸਕ੍ਰਾਈਬ ਨਹੀਂ ਕਰਦੇ ਮੇਰੇ ਵੀਰ, ਅਤੇ ਪਲੀਜ਼ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਚੈਨਲ। ਉਹ ਦੇਖੋ ਉੱਧਰ ਕਿੰਨਾ ਕਰਦਾ ਠਰਕ ਉਹਨਾਂ ਨੇ,
ਕੁੜੀ ਵਾਲੀ ਚੱਲ ਰਹੀ ਹੈਗੀ ਉਹ ਉੱਥੇ ਕੀ ਬੜਾ ਜ਼ਿਆਦਾ ਕਰਦਾ ਪੈਂਦਾ ਹੈਗਾ ਪਰ ਵਧੀਆ ਖੇਤੀ ਵੀ ਇੱਕ ਵਧੀਆ ਇੰਜੋਏ ਹੈਗਾ ਇੰਜੋਏ ਕਰਦਾ ਕਿ ਠੀਕ ਆ ਕਿ ਬੰਦੇ ਦਾ ਮਨ ਲੱਗਿਆ ਰਹਿੰਦਾ ਹੈਗਾ ਪਰ ਹੁਣ ਤਾਂ ਇੱਥੇ ਮਿੱਟੀ ਨਾਲ ਮਿੱਟੀ ਪੈਂਦਾ ਹੈਗਾ ਜੇ ਮੈਂ ਸਵੇਰੇ ਦਾ ਵੀ ਅਸਲ ਤਾਂ ਖੇਤੀ 'ਚ ਕੰਮ ਖੱਜਲ ਹੋਣਾ ਹੈਗਾ ਬੰਦਾ ਖੱਜਲ ਬਹੁਤ ਹੁੰਦਾ ਹੈਗਾ ਅਤੇ ਇੰਨੀ ਮਿਹਨਤ ਕਰਦਾ ਹੈਗਾ ਅਤੇ ਉਹਨੂੰ ਉਹਦੀ ਮਿਹਨਤ ਦਾ ਇੰਨਾ ਜ਼ਿਆਦਾ ਫਾਇਦਾ ਵੀ ਨਹੀਂ ਹੁੰਦਾ ਹੈਗਾ ਜੇ ਆਪਾਂ ਦੇਖੀਏ ਕਿ ਹੋਰਾਂ ਚੀਜ਼ਾਂ ਦਾ ਇੰਨਾ ਜ਼ਿਆਦਾ ਮਹਿੰਗਾਈ ਵੀ ਵੱਧ ਰਹੀ ਆ ਹੋਰਾਂ ਦਾ ਰੇਟ ਵਧੀ ਜਾਂਦਾ ਹੈਗਾ ਕਿ ਫਸਲਾਂ ਦਾ ਵੀ ਐਂ ਵੱਧ ਤੋਂ ਵੱਧ ਰੇਟ ਵਧਾਉਣ ਬਸ ਉੱਥੀ ਕੋਈ ਸਰਕਾਰ 100 ਰੁਪਏ ਵਧਾ ਦਿੰਦੀ ਆ ਕੋਈ 200 ਰੁਪਏ ਬਸ ਐਂ ਘੱਟੋ ਘੱਟ 1,000-1,000 2,000 ਜਾਂ ਅੱਧੂ ਵੱਧ ਕੇ ਕੀ ਆਪਾਂ ਕਰਦੇ ਜੀ ਬਲੌਗ ਦਾ ਐਂਡ ਅਤੇ ਹਨੇਰਾ ਬਹੁਤ ਹੋ ਚੁੱਕਿਆ ਹੈਗਾ ਅਤੇ ਤੁਹਾਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਅਤੇ ਰਾਏ ਦੇਣ ਲਈ ਕਮੈਂਟ ਕਰਕੇ ਦੱਸੋ ਕਿ ਸਾਡੀ ਵੀਡੀਓ ਕਿੱਦਾਂ ਦੀ ਦੇਖੀ ਅਤੇ ਜ਼ਰੂਰ ਇਹ ਬੰਦੇ ਦੀਆਂ ਗੱਲਾਂ ਮੰਨਿਓ ਅਤੇ ਹਾਸੀ ਮਜ਼ਾਕ ਚੱਲ ਰਹੀ ਹੈ ਜੀ ਇੱਥੇ ਅਤੇ ਇੱਧਰ ਤੂੜੀ ਵਾਲੀ ਮਸ਼ੀਨ ਚੱਲ ਰਹੀ ਹੈ ਜੀ ਪਿੱਛੇ ਅਤੇ ਇਹ ਰਾਤ ਹੋਣ ਕਰਕੇ ਕਿ ਥੋੜ੍ਹੀ ਠੰਡ ਦਾ ਮਾਹੌਲ ਹੋ ਗਿਆ ਇਸ ਕਰਕੇ ਹਵਾ ਚੱਲ ਨਹੀਂ ਰਹੀ ਹੈਗੀ ਅਤੇ ਉੱਤੇ ਕੀ ਥੋੜ੍ਹੀ ਜਿਹੀ ਨਮੀ ਦਾ ਮੌਸਮ ਜਿਹਾ ਬਣ ਰਿਹਾ ਹੈਗਾ ਉਹ ਜਿਹੜਾ ਉਹਦਾ ਗਰਦਾ ਹੁੰਦਾ ਹੈਗਾ ਉਹ ਉਰੀ ਕੀ ਉਹ ਹੋ ਰਿਹਾ ਹੈਗਾ ਅਤੇ ਉਹ ਹੋਈ ਜਾਂਦਾ ਜੰਮੀ ਕੀ ਇੱਛੀ ਫਿਰਦਾ ਹੈਗਾ ਥੱਲੇ ਉਹ ਇੱਧਰ ਉੱਧਰ ਜਾਂਦਾ ਨਹੀਂ ਹੈਗਾ ਅਤੇ ਜੀ ਮੈਂ ਫੇਰ ਕਹਿ ਰਿਹਾ ਹੈਗਾ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ ਜੀ ਅਤੇ ਲਾਈਕ ਕਮੈਂਟ ਸ਼ੇਅਰ ਕਰਿਓ ਜੀ ਅਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਲ ਦੇ ਬਟਨ 'ਤੇ ਬਸ ਕੁਛ ਮਰਜ਼ੀ ਮਾਰੋ ਪਰ ਸਬਸਕ੍ਰਾਈਬ ਜ਼ਰੂਰ ਹੋ ਜਾਣਾ ਚਾਹੀਦਾ ਜੀ ਆਪਣਾ ਖੜ੍ਹਾ ਟਰੈਕਟਰ 'ਚ ਛੋਟੇ ਰਾਮ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਤੇ ਅਗਲੇ ਬਲੌਗ 'ਚ ਮਿਲਦੇ ਹਾਂ ਜੀ।